ਇਹ ਦੇਖੋ ਬਈ ਅੰਦਰਲੇ ਪਾਸੇ ਬਾਂਹ ਅੰਦਰ ਕਰ ਲਈ, ਜਿਵੇਂ ਆਪਾਂ ਲੋਈ ਲੈਂਦੇ ਹੁੰਦੇ ਨਾ ਸਰਦੀਆਂ ਚ, ਤੇ ਲੋਕ ਫੈਰਨ ਲੈ ਕੇ ਰੱਖਦੇ ਆ। ਹਾਂ ਐਸੇ ਨਿਊਜ਼ ਪੇਪਰ ਜਦੋਂ ਪੜ੍ਹਿਆ ਕਰਦੇ ਨਾ ਨਿੱਕੇ ਹੁੰਦੇ, ਉਹਦੇ ਚ ਫੋਟੋਆਂ ਦੇਖਿਆ ਕਰਦੇ ਸਰਦੀਆਂ ਦਾ, ਵਿੰਟਰ ਦੀਆਂ, ਕਿ ਜਿਹੜੀ ਡੱਲ ਲੇਕ ਆ ਉਹ ਮਤਲਬ ਬਿਲਕੁਲ ਫਰੋਜ਼ਨ ਹੋ ਗਈ, ਲੋਕ ਕ੍ਰਿਕਟ ਖੇਡਦੇ ਹੁੰਦੇ ਸੀ ਉੱਤੇ। ਕੀ ਇਹਨਾਂ ਦੇ ਕੱਪੜੇ ਸੁੱਕਦੇ ਹੋਣਗੇ ਯਾਰ, ਇਹ ਚ ਬਹੁਤ ਹਾਰਡ ਲਾਈਫ ਆ ਯਾਰ ਸੱਚੀ ਇਹ ਇਹ ਟਾਈਮ ਦੀ ਤਾਂ। ਅਜਰ ਬਾਈ ਇਧਰ ਯਾਰ ਪਾਣੀ ਆਤਾ ਆ ਵੀ ਬਾਹਰ ਦਾ ਟੈਂਪਰੇਚਰ ਹੈਗਾ -3°, ਸਵੇਰ ਦੇ 7:30 ਹੋਏ ਹੋਏ ਆ, ਅਤੇ ਰਾਤ ਆਪਾਂ ਇੱਥੇ ਰੁਕੇ ਸੀਗੇ ਅਤੇ ਤਿਆਰ ਹੁੰਦੇ ਹਾਂ ਅਤੇ ਬਾਹਰ ਚੱਲਦੇ ਹਾਂ, ਪਰ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਯਾਰ, ਠੰਡ ਬਹੁਤ ਜ਼ਿਆਦਾ ਹੈਗੀ ਬਾਹਰ। ਮੈਂ ਇੱਕ ਗੇੜਾ ਦੇ ਕੇ ਆਇਆ ਹੁਣੇ, ਇਹ ਦੇਖੋ ਬਾਹਰ ਦਾ ਕੁਛ ਮਾਹੌਲ। ਅਤੇ ਵੈਸੇ ਯਾਰ ਦੇਖ ਕੇ ਲੱਗਦਾ ਨਹੀਂ ਵੀ -3 ਹੈ ਜਾਂ -4 ਟੈਂਪਰੇਚਰ, ਆਪਣੇ ਵਰਗੀ ਲੱਗੀ ਜਾਂਦਾ ਹੈਗਾ ਸਾਰਾ, ਪਰ ਬਰਫ਼ ਹੈ, ਬੱਦਲ ਹੈ ਅਤੇ ਉਹਦੇ ਕਰਕੇ ਨਾ ਸਾਰਾ ਮਤਲਬ ਠੰਡ ਜ਼ਿਆਦਾ ਹੋਈ ਹੋਈ ਹੈਗੀ। ਅਤੇ ਅੱਜ ਤੁਹਾਨੂੰ ਇੱਥੋਂ ਦੀ ਜ਼ਿੰਦਗੀ ਦਿਖਾਉਣੀ ਹੈ ਕਿ ਸਰਦੀਆਂ 'ਚ ਇੱਥੋਂ ਦੀ ਲਾਈਫ ਕਿਹੋ ਜਿਹੀ ਹੈ, ਕਿੰਨੀ ਹਾਰਡ ਲਾਈਫ ਹੈ। ਵੈਸੇ ਇਹ ਏਰੀਆ ਤਾਂ ਤੁਹਾਨੂੰ ਕੱਲ੍ਹ ਵੀ ਦਿਖਾਤਾ ਸੀਗਾ, ਅਤੇ ਅੱਜ ਆਪਾਂ ਇੱਥੋਂ ਹੁਣ ਲੈਂਦੇ ਹਾਂ ਸ਼ਿਕਾਰਾ ਲੈ ਕੇ ਅਤੇ ਫਿਰ ਮਤਲਬ ਇੱਧਰ ਉੱਧਰ ਚੱਲਦੇ ਹਾਂ। ਇੱਥੇ ਤੁਰਨਾ ਬਹੁਤ ਔਖਾ ਬੰਦਾ, ਹਾਲਾਂਕਿ ਮੇਰੇ ਜਿਹੜੇ ਸ਼ੂਜ਼ ਹੈ ਨਾ ਅਤੇ ਵਾਟਰ ਪਰੂਫ ਹੈ ਨਾਲੇ ਤਾਂ, ਅਤੇ ਨਾਲੇ ਨੋਨ ਸਲਿੱਪਰ ਹੀ ਆ, ਪਰ ਫਿਰ ਵੀ ਮੈਨੂੰ ਡਰ ਲੱਗਦਾ ਹੈਗਾ ਕਿਉਂਕਿ ਜਦੋਂ ਇਹ ਜੰਮ ਜਾਂਦੀ ਹੈ ਨਾ, ਹੁਣ ਇਹ ਜੰਮ ਗਈ, ਇਹਨੂੰ 2 ਦਿਨ ਹੋ ਗਏ ਪਈ ਨੂੰ ਦੇਖੋ, ਅਤੇ ਫਿਰ ਇਹ ਸਲਿੱਪਰ ਹੀ ਬਣ ਜਾਂਦੀ ਹੈ ਉਦੋਂ ਪਹਿਲਾਂ, ਅਤੇ ਨੋਰਮਲ ਜਦੋਂ ਡਿੱਗਦੀ ਹੈਗੀ ਉਦੋਂ ਠੀਕ ਹੁੰਦੀ ਹੈਗੀ। ਅਤੇ ਪਹਿਲਾਂ ਆਪਾਂ ਖਾਂਦੇ ਪੀਂਦੇ ਹਾਂ ਕੁਛ ਖਾਣ ਪੀਣ ਤੋਂ ਸ਼ੁਰੂ ਕਰਕੇ, ਅਤੇ ਫਿਰ ਅੱਜ ਦਾ ਤੁਹਾਨੂੰ ਦਿਨ ਘੁਮਾਉਣਾ ਡੱਲ ਲੇਕ ਦਾ ਆਲਾ ਦੁਆਲਾ ਸਾਰਾ। ਜਿੰਨੇ ਨਾ ਤੁਸੀਂ ਡੱਲ ਲੇਕ 'ਚ ਘਰ ਦੇਖ ਰਹੇ ਹੋ, ਇਹ ਬੈਕ ਸਾਈਡ ਹੈ ਡੱਲ ਲੇਕ ਦੀ, ਇੱਕ ਫਰੰਟ ਸਾਈਡ ਹੈ ਜਿੱਧਰ ਦੀ ਮੇਨ ਟੂਰਿਸਟ ਆਉਂਦੇ ਆ, ਅਤੇ ਪਿਛਲਾ ਪਾਸਾ ਸਾਰਾ। ਇੱਥੇ ਤੁਸੀਂ ਕਸ਼ਮੀਰ ਦੀ ਜ਼ਿੰਦਗੀ ਨੂੰ ਮਹਿਸੂਸ ਕਰ ਸਕਦੇ ਹੋ ਵੀ ਕਸ਼ਮੀਰ ਦੀ ਸਰਦੀਆਂ ਦੀ ਕਿਵੇਂ ਦੀ ਜ਼ਿੰਦਗੀ ਹੈ। ਜੇ ਸਾਰਾ ਕੁਛ ਦੇਖਣਾ ਤਾਂ ਇੱਧਰ ਤੁਹਾਨੂੰ ਘਰਾਂ 'ਚ ਆਉਣਾ ਪੈਣਾ। ਮੋਸਟਲੀ ਜਿਹੜੇ ਟੂਰਿਸਟ ਹੈ ਨਾ ਉਹ ਉੱਧਰਲੇ ਪਾਸੇ ਆਉਂਦੇ ਆ, ਫਰੰਟ ਵਾਲੇ ਪਾਸੇ। ਅਤੇ ਮੈਂ ਵੀ ਇਹ ਜਗ੍ਹਾ ਲੱਭੀ ਸੀ 2 ਸਾਲ ਪਹਿਲਾਂ, ਅਤੇ ਹੁਣ ਮੈਂ ਇੱਧਰ ਹੀ ਆਉਣਾ, ਉੱਧਰਲੇ ਪਾਸੇ ਬਹੁਤ ਘੱਟ ਜਾਂਦਾ। ਖੁਸ਼ੀ ਧਿਆਨ ਨਾਲ ਨਿਕਲਿਓ, ਆਹ ਪੁਲ ਜਿਹਾ ਬਹੁਤ ਖਤਰਨਾਕ ਲੱਗਦਾ ਮੈਨੂੰ, ਇਹਨਾਂ ਦਾ ਜ਼ਿਆਦਾ ਹੋ ਗਈ ਯਾਰ, ਮੈਨੂੰ ਵੀ ਲੱਗੀ ਜਾਂਦਾ ਜ਼ਿਆਦਾ ਜੰਮ ਗਈ। ਹਾਂ ਰਾਤ ਨੂੰ ਨਾ ਇਹ ਖੁਰਨੋਂ ਹਟ ਜਾਂਦੀ ਹੈ, ਜਦੋਂ ਦਿਨੇ ਧੁੱਪ ਨਿਕਲੇ ਅਤੇ ਉਦੋਂ ਵਧੀਆ ਖੁਰਦੀ ਆ। ਜਿੰਨੀ ਸਾਰੀ ਇਹ ਬਰਫ਼ ਵਗੈਰਾ ਨਾ, ਇਹ ਦੇਖਣ ਨੂੰ ਸੋਹਣੀ ਲੱਗਦੀ ਹੁੰਦੀ ਹੈ, ਮਤਲਬ ਜਦੋਂ ਆਪਾਂ ਟੂਰਿਸਟ ਆਉਂਦੇ 1-2 ਦਿਨ ਫੋਟੋਆਂ ਖਿੱਚਣ ਨੂੰ। ਇੱਥੋਂ ਦੀ ਲਾਈਫ ਬਹੁਤ ਜ਼ਿਆਦਾ ਹਾਰਡ ਹੁੰਦੀ ਹੈ, ਕਿੰਨੀ ਕੁ ਹਾਰਡ ਹੈ ਉਹੀ ਸਾਰਾ ਕੁਛ ਤੁਹਾਨੂੰ ਅੱਜ ਇਸ ਵਲੌਗ 'ਚ ਦਿਖਾਉਣਾ ਹੈਗਾ ਕਿ ਵੀ ਮਤਲਬ ਕਿਵੇਂ ਦੀ ਜ਼ਿੰਦਗੀ ਹੈ ਯਾਰ। ਇਹਨਾਂ ਨੂੰ ਤਾਂ ਇਹ ਐਂ ਲੱਗਦਾ ਵੀ ਇਹ ਪਵੇ ਹੀ ਨਾ, ਜ਼ਹਿਰ ਵਰਗੀ ਲੱਗਦੀ ਹੈ ਬਰਫ਼। ਇਹ ਨਾ ਹੁਣ ਪੂਰਾ ਪਿੰਡ ਜਿਹਾ ਇਲਾਕਾ ਸ਼ੁਰੂ ਹੋ ਗਿਆ ਪਿਛਲੇ ਪਾਸੇ ਜਿੱਧਰ ਅਸੀਂ ਜਾ ਰਹੇ ਹਾਂ, ਅਤੇ ਜਨਜੀਵਨ ਠੱਪ ਹੈ ਪੂਰਾ। ਸਵੇਰ ਦੇ 9:30 ਹੁਣ ਅਸੀਂ ਬ੍ਰੇਕਫਾਸਟ ਕਰਨ ਲਈ ਜਾ ਰਹੇ ਹਾਂ, ਅਤੇ ਤੁਸੀਂ ਦੇਖੋ ਕਾਰਾਂ 'ਤੇ ਇਸ ਤਰ੍ਹਾਂ ਕਰਕੇ ਜੰਮੀ ਪਈ ਹੈਗੀ, ਅਤੇ ਪੂਰਾ ਜਿਵੇਂ ਗਰਮੀਆਂ ਅਤੇ ਸਰਦੀਆਂ ਦੇ ਮੁਕਾਬਲੇ ਤੁਸੀਂ ਇੱਥੋਂ ਦੀ ਜ਼ਿੰਦਗੀ ਦੇਖਿਓ। ਗਰਮੀਆਂ 'ਚ ਇੱਥੇ ਪੂਰੀ ਰੌਣਕ ਹੁੰਦੀ ਹੈ, ਸਰਦੀਆਂ 'ਚ ਤੁਹਾਨੂੰ ਕੋਈ ਟਾਵਾਂ ਟੱਲਾ ਬੰਦਾ ਦੇਖਣ ਨੂੰ ਮਿਲਿਆ, ਕੋਈ ਬਾਹਰ ਵੀ ਨਹੀਂ ਆ ਰਿਹਾ। ਇਹ ਗਲਬ 'ਚ ਵੇਚਣ ਵਾਲੇ ਆ, ਇਹ ਵੇਚਣ ਵਾਲੇ ਆਏ ਆ, ਕੁਛ ਚਿਕਨ ਚੁਕਨ ਮਿਲਾ ਦਾ ਮਾਸ ਮੂਸ ਵੇਚਦੇ ਆ, ਅਤੇ ਲੋਕ ਇੱਥੋਂ ਹੀ ਘਰਾਂ 'ਚ ਲੈ ਲੈ ਖਾ ਲੈਂਦੇ ਆ, ਸਾਰੇ ਘਰ ਹੈ ਆਹ ਸਾਰੇ। ਇਹ ਗਲਬ 'ਚ ਵੇਚਣ ਵਾਲੇ ਵੀ ਆ ਗਏ ਆਪਣੇ ਕੋਲ, ਹੈਗੇ ਤਾਂ ਹੈਗੇ ਆ। ਅੱਛਾ ਉਹ ਆਹ ਵਧੀਆ ਯਾਰ, ਹੈ ਨਾ, ਕੀ ਹੈ ਇਹ ਸ਼ੂਜ਼ ਹੈ ਜੁੱਤਾ, ਅੱਛਾ ਲੈਦਰ ਸੌਕਸ, ਇਹ ਲੈ ਲੈ ਯਾਰ ਖੁਸ਼ੀ, ਕੰਮ ਦੇਣਗੇ। ਅੱਜ ਤਾਂ ਆਪਾਂ ਬਹੁਤ ਦਿਨ ਰਹਿਣਾ ਹੈਗਾ, ਆਪਾਂ ਨੂੰ ਠੰਡ ਲੱਗੂਗੀ। ਠੰਡ 'ਚ ਮਰਨ ਨਾਲੋਂ ਚੰਗਾ ਹੈਗਾ ਇਹ ਚੀਜ਼ ਲਈ। ਅਤੇ ਸੌਦਾ ਪੱਤਾ ਵੇਚਣ ਵਾਲੇ ਆ, ਜਿਵੇਂ ਤੁਹਾਨੂੰ ਦੱਸਿਆ ਸੀ ਚਹਿਲ ਪਹਿਲ ਹਜੇ ਇੰਨੀ ਹੈ ਨਹੀਂ ਗੀ, ਟੂਰਿਸਟ ਤਾਂ ਬਿਲਕੁਲ ਹੀ ਨਹੀਂ ਹੈਗੇ ਯਾਰ। ਅਤੇ ਆਹ ਰੁੱਤ 'ਚ ਨਾ ਆ ਕੇ ਬਹੁਤ ਜਮੀ ਠੱਪ ਹੋ ਜਾਂਦਾ ਕੰਮ ਟੂਰਿਸਟ ਵਾਲਾ ਤਾਂ, ਕਿਉਂਕਿ ਠੰਡ ਜ਼ਿਆਦਾ ਪੈਣ ਕਰਕੇ ਲੋਕ ਘੱਟ ਆਉਂਦੇ ਆ, ਕੋਈ ਕੋਈ ਟਾਵੇਂ ਟੱਲੇ ਆਉਂਦੇ ਆ, ਅਤੇ ਬਾਕੀ ਆ ਇੱਥੇ ਕੰਮ ਕਾਰ ਵੀ ਨਹੀਂ ਹੈਗਾ ਟੈਕਸੀਜ਼ ਟੁਕਸੀਜ਼ ਦਾ, ਅਤੇ ਸਾਰੇ ਹੀ ਬੰਦ ਹੈ, ਦੁਕਾਨਾਂ ਵੀ ਸਾਰੀਆਂ ਬੰਦ ਹੈ। ਢਾਬਾ ਦੇਖਦੇ ਹਾਂ ਹਜੇ ਜੇ ਅਸੀਂ ਕੋਈ ਖੁੱਲ੍ਹਾ ਹੋਊਗਾ ਇੱਥੇ। ਇਹ ਬਾਈ ਫੈਰਨ ਵੇਚਣ ਵਾਲੇ ਵੀ ਬਾਈ ਆ ਗਏ ਸਵੇਰੇ ਸਵੇਰੇ, ਇਹ ਕਸ਼ਮੀਰੀ ਫੈਰਨ ਹੈਗਾ 900 ਕਾ ਹੈ, ਚਲੋ ਗਰਮ ਰਹੇਗਾ ਜਾਂ ਨਹੀਂ, ਗਰਮ ਨਹੀਂ ਰਹੇਗਾ ਤਾਂ ਗਾੜੀ ਨੰਬਰ ਰੱਖਣਾ ਜਾਂ ਫਿਰ ਵਾਪਸ ਦੇਣਾ। ਹਾਂ ਮੈਨੂੰ ਤਾਂ ਲੱਗਦਾ ਨਹੀਂ ਯਾਰ ਗਰਮ ਰਹੇਗਾ, ਜੇ ਠੰਡ ਇਤਨੀ ਜ਼ਿਆਦਾ ਹੈ ਇੱਧਰ ਹੈ।
चलो देखते हैं भाई। ये देखो भाई अंदरले पासे बाह अंदर कर ली, जिवें आपां लोई लैंदे हुंदे ना सर्दियां च ते लोक फायरन लैके रखदे आ, हां ऐसे जिवें आपां लोई दी बुक्कल मारदे आ, ये लोईयां नहीं लैंदे ते आ फायरन लै लैंदे आ, ते फायरन लैणा इक ते फायरन दे नाल मतलब ठंड तां नहीं, वैसे तां कोट कोट ज्यादा रुकदे आ, बट इह कश्मीरी ट्रेडिशन च है, मतलब जिवें कश्मीर दे लोक ज्यादा इसे नूं पा के रखदे आ। आ सारे बैक साइड से मतलब होटल बने हुए जो तुम शिकारे फ्रंट साइड के दिए होंगे ना, उन्होंने एंट्री जी इतों की जाती होंगी पिछों की सारे की, तो सारे पिछले पास बर्फ बर्फ जमी है। वह देखो इधर देखो इधर देखो, तो आ पार्क दिखाने एक थोनों इतने आ सामने वाले पास एक पार्क है, तो पार्क देखो सारा बर्फ ना ढकया होगा। हाय रब्बा सलाम, तो पत्ते देखो दरख्तों के पत्ते भी नहीं है, बड़े टाइम का मन च सीगा यार इच्छा सीगी देखण दी कि आ चीज़ां देखी है ना, ते बिना पत्तियां तो दरख्त इत्थे सर्दियां दी लाइफ देखी। सो पहली बार मौका मिलिया इत्थे ना, एक गल होर तुहानूं दसां, ते जिहड़ियां आह ने पाइपां वगैरह भी जम जांदियां, जिहड़ियां सर्दियां च ना पानी नहीं आउंदा हैगा इत्थे, जिन्नियां मतलब जिवें टंकी है, टंकी जिहड़ा पानी है पाइपां दे विच ही जम जांदा हैगा, पानी दी बहुत प्रॉब्लम रहण लग जांदी है इन्हां दिनां च इत्थे। वैसे ना मैं ये गल पिछले ब्लॉग च भी बोली सीगी, कश्मीर दी हर रुत्त च एक खूबसूरती अलग है, ठीक है, ये समर दे टाइम भी देखने वाला है, स्प्रिंग दे टाइम भी देखने वाला है, विंटर दे टाइम भी देखने वाला है, ऑटम दे टाइम भी देखने वाला है। दो सीजन मैं देख चुके ऑलरेडी, समर तो दो तीन बार देख लिया, विंटर च पहली बार आए हैं तो इनू भी एक्सप्लोर करांगे, उस तो बाद ऑटम ते स्प्रिंग ते जदों फुल खिड़दे आ गए इत्थे बागां दे विच ओह देखने वाला, ते जदों चिनार दे पत्ते झड़दे आ ओह देखने वाला, ओह सारियां चीज़ां भी आपां आने वाले टाइम च एक्सप्लोर करांगे। ले भी आप आए हैं कूल पॉइंट दिल्ली रसोई, इतने कुछ खाने पीने पहला, इतने बहुत स्वाद समान मिलता यार, तुम इतने आ सकते, मैं थोड़ा सुजैसट करदा तो रिकमेंड करदा है, तो जो मैं आना हूं ना इतने हर बार इतें ही आना। ये बैठे अपने बंदे तो खान परांठा खाओ जी परांठा। हेलो जी कैसे हो, परौंठे खाओ खुशी। सर्दियों के टाइम ना तुम इतने हीटर मिलेगा हर जगह पर, तो जिम्मे आ सू इन्होंने हीटर दिता है, असी करना है ब्रेकफास्ट, योजे हीटर ने गैस से चलता है, आ पिछले पास गैस लगे हुए थे, तो हाथ हुत सेकन वधिया यार, मैनू ऐ लगता कि अपनी ये पिछे ना हूँ लड़ाई हो गई भी मेरे कनी कर मैं सेकना है ना। आलू प्याज तीन, दो प्याज ते बारले पासे दिखाउणा थोड़ा, खाना पीना हो गया अपना, हुण आपां चलदे आ बारले पासे, इत्थों हुण ना शिकारा लैंदे आ कोई, ते थोनू डल लेक दे दिखाउणे आ नज़ारे, डल लेक के विंटर च किहो जी हुंदी आ, इहो जिहा कुछ माहौल डल लेक दा। कहिंदे आ डल दा कुछ हिस्सा जम जांदा सी, पर हुण नहीं, हुण तां मतलब ग्लोबल वार्मिंग करके ना तो मौसम का फर्क पै गया, सारे कंट्री ही फर्क पै गया यार, तो पहला माहौल नहीं रहा, हूँ जिम्मे पहला जैसे सर्दियाँ ज़्यादा पी हूँ गर्मी बहुत पैन लग गई, तो टैंपरेचर का भी फर्क है। ये देखो पानी यार इन्हों दिन ना क्रिस्टल क्लीयर हो जाता, थले तक तला दिखता है, गर्मियों के टाइम मैं जिन्नी बारी भी आया तो यह चीज़ दिखती नहीं होंगी, सर्दियों पता नहीं कदों पानी क्लीयर ज़्यादा हो जाता, तो इन्हों पुछते इतों ये अड्डा है मेन डल दे पिछले पास, तो इतों आप शिकारा लैके मेन जोड़ा पॉइंट आ बारे पास जिधर टूरिस्ट ज़्यादा आते हैं उधरले पास चलेंगे, उदू पहला आप इधरले पास चलते हैं, आ पिंड है सारा पिछले पास वसया हुआ, तो पिंड की थोनों थोड़ी जिंदगी दिखा किमें यार ना। वैसे देखण ये सारा भावें सोहना लगता पर, हाँ जी कैसे हो जी ठीक हो, बोटिंग करेंगे जी, पहले थोड़ा घूम फिर के आते हैं आके करेंगे, और सब खैरियत ठीक है ते, हाँ आ रहे हैं, सिलेंडर ये ना किश्ती नाल ढोए जा रहे हैं, ज़्यादा समान इन्हों राही ढोया जाता है, तो क्या है फोटो, अच्छा साग, साग तो यार पंजाब में बहुत खा के आए हैं, कश्मीर का भी साग अलग का होंगे है, हाँ आप उधरले पासे चलते हैं हूँ, तो पिंड उधरले घर
ਵਿੰਟਰ ਦੀ ਜ਼ਿੰਦਗੀ ਯਾਰ ਨਾ ਵੈਸੇ ਬਹੁਤ ਹਾਰਡ ਆ ਯਾਰ ਇਹਨਾਂ ਲਈ। ਦੇਖੋ ਕਿੰਨੀ ਬਰਫ਼ ਬੁਰਫ਼ ਹਟਾਉਣੀ ਪੈਂਦੀ ਇਹਨਾਂ ਨੂੰ, ਉਹ ਲੱਗੇ ਹੋਏ ਆ ਬਾਈ, ਅਤੇ ਕਿੰਨਾ ਕੰਮ ਕਾਰ ਠੱਪ ਹੋ ਜਾਂਦਾ ਇਹਨਾਂ ਦਾ, ਇੱਕ ਤਰ੍ਹਾਂ ਨਾਲ ਰੁਜ਼ਗਾਰ ਖੜ ਜਾਂਦਾ ਹੈਗਾ। ਅਤੇ ਆਹ ਦੇਖੋ ਇੱਧਰਲੇ ਪਾਸੇ ਨਾ ਉਹ ਸਾਰਾ ਬਰਫ਼ ਹਟਾਈ ਜਾਂਦੇ ਨੇ, ਅਤੇ ਘਰਾਂ ਦੀਆਂ ਛੱਤਾਂ 'ਤੇ ਵੀ ਜੇ ਬਰਫ਼ ਰਹਿ ਜਾਏ ਨਾ, ਜਿਵੇਂ ਉਹ ਘਰਾਂ ਦੀਆਂ ਛੱਤਾਂ ਹੈ, ਉਹਨਾਂ 'ਤੇ ਬਰਫ਼ ਨਾਲ ਦੀ ਨਾਲ ਇਹਨਾਂ ਹਟਾਉਣੀ ਪੈਂਦੀ ਹੈ। ਜੇ ਜ਼ਿਆਦਾ ਟਾਈਮ ਇੱਥੇ ਰਹਿ ਜੇ ਤਾਂ ਉਹ ਕਹਿੰਦੇ ਮਤਲਬ ਟੀਨ ਟੂਨ ਡਿੱਗਣ ਦਾ ਥੋੜ੍ਹਾ ਡਰ ਹੁੰਦਾ ਹੈਗਾ। ਕੈਸੇ ਹੋ? ਵਿੰਟਰ ਮੇਂ ਯਾਰ ਲਾਈਫ ਥੋੜ੍ਹੀ ਹਾਰਡ ਹੋਤੀ ਹੈ ਨਾ, ਹੈ ਸਰਦੀ ਮੇਂ ਲਾਈਫ ਜ਼ਿੰਦਗੀ ਮੁਸ਼ਕਿਲ ਹੈ ਇੱਧਰ, ਹੈ ਕਿਤਨਾ ਮੁਸ਼ਕਿਲ ਹੈ? ਉਤਨਾ ਮੁਸ਼ਕਿਲ ਨਹੀਂ ਹੈ, ਲੇਕਿਨ ਹਮਾਰੇ ਲਈ ਤੋ ਅਭੀ ਆਦਤ ਹੈ। ਆਪਕੇ ਲਈ ਆਦਤ ਬਣ ਗਈ, ਵੈਸੇ ਹੈ ਤੋ ਮੁਸ਼ਕਿਲ ਹੈ ਨਾ। ਮੁਸ਼ਕਿਲ ਹੈ ਤੋ ਇਧਰ ਮਾਈਨਸ ਜੋ ਟੈਂਪਰੇਚਰ ਹੈ ਮਾਈਨਸ ਮੇਂ ਹੋਤਾ ਹੈ। ਹਾਂ ਮੈਨੇ ਵੀ ਮਾਰਨਿੰਗ ਵੀ ਦੇਖਾ ਥਾ, ਮਾਈਨਸ 5 ਥਾ ਅਰਲੀ ਮਾਰਨਿੰਗ ਮੇਂ। ਘੁੰਮਣਾ ਥਾ ਡੱਲੇ, ਹੈ ਡੱਲੇ ਘੁੰਮਣਾ ਥਾ। ਹਾਂ ਡੱਲੇ ਘੁੰਮੇਗੇ ਯਾਰ, ਘੁੰਮਣਾ ਹੈ। ਆਜਾਓ आते हैं, पहले मैं इधर थोड़ा गांव का देखना है कि इधर विलेज में कैसा है। फिर उधर विलेज भी दिखाएगा ना, लेक कैसा है इधर से। अच्छा बोट में से भी दिखा दोगे? हाँ। चलो फिर बोट में से निकल चलते हैं। चलो। हाँ। ये पिछले पासे वाला अड्डा है ना दा, ते इत्थों देख दे हुण की रेट कहणगे। वैसे तो जिहड़ा स्टैंडर्ड जिहा प्राइस हुंदा है वह 500 रुपए का हुंदा है, 500-600 रुपया। तो इत्थे भी देख लो आ बर्फ जमी हुई सी सारी, जिवें लक्कड़ ते जदों आ चीज़ बन जांदी ना उदों स्लिपरी वाला करदी है यारे, जदों आ चीज़ बन जांदी है ते जदों ऐ रहिंदी है देखण च उदों नहीं स्लिपरी हुंदी। ये क्या कर रखा है अपने, ऐ लगदा जिवें प्रेगनेंट हुंदा भाई। मुझे पता है, मैं मजाक कर रहा हूं। कांगड़ी है, दिखा ना दिखा ना, कांगड़ी बोलते ना इसको। ਕਾਂਗੜੀ ਛਾਤੀ ਨਾਲ ਲਾ ਕੇ ਰੱਖਦੇ ਕਿਉਂਕਿ ਠੰਡ ਇੱਥੇ ਜ਼ਿਆਦਾ ਪੈਂਦੀ ਹੈ ਨਾ, ਤਾਂ ਕਰਕੇ। क्या डाला है इसमें? चार कोयल, कोयला। ये राख फिर वो नहीं होता, ये मींस उड़ के आपके कपड़ों को नहीं लगता? ऐसे नहीं लगता, ऐसे ही रहता है। अगर हवा लगेगी तो उड़ के जाएगा है ना, हाँ तो हवा तो उड़ेगा। अच्छा अंदर रखे, हम किसी में बिठा दो, येलो वाला चाहिए, येलो वाले में बिठा दो। हाँ नाम क्या है आपका? अजहर। अजहर भाई नाल चले हुण असीं। ए भाई जी डिलक्स शिकारे च, केड़ा की नाम है, तारियो प्लेस डिलक्स। कैसा लग रहा है जी? पहला बहुत बार आए हुए सीगे, ते ता साड़ी मेहमान करके साड़ी भैन करके हो गया, क्योंकि इन्हू दिखाना सी सारा कुछ है ना, ते नहीं तो असीं स्किप भी कर सकते सी इन्हू। है खुशी, आ जराबा देख लो खुशी, जराबा दिखा दो, जराबा देख लो, जराबा भी दो पाइया, तीन तीन पाइया, थ्री पेयर। इन्नी ज्यादा ठंड आ, एक कश्मीरी ड्रेसा वाले आ गए, ड्रेसा ऐ बिक जांदियां इत्थे बोट च। खुशी इन्हू दसो, ना ना फोटो वाले ने, हाँ फोटो वाले सच, मैं वेचण वाले भी आउंदे हुंदे, इन्हू समझाई चलो खुशी सारियां गल्लां वी इदां इदां करके। ये लाती पाई हो रहे ने गड्डी नाल लिया के, मैनू पता ही सीगा वी उहदे चला देणगे। इन्हू खिच लो खुशी, आसमान नू जे इहने कराउणी है, आ पता नहीं कराउणी। ये किवें दी दिखदी, दिखा दो। ਇੱਧਰ ਸਾਡੀ ਹਾਊਸ ਬੋਟ ਆ ਗਈ, ਜਿੱਥੇ ਅਸੀਂ ਠਹਿਰੇ ਹੋਏ ਸੀ ਉੱਥੋਂ ਦੀ ਉਹ ਲੰਘ ਰਹੇ ਹਾਂ ਹੁਣ ਅਸੀਂ, ਅਤੇ ਆਹ ਲੰਡਨ ਹਾਊਸ ਬੋਟ ਆ ਇੱਧਰ ਸਾਹਮਣੇ ਵਾਲੇ ਪਾਸੇ, ਅਤੇ ਇੱਥੇ ਅਸੀਂ ਠਹਿਰੇ ਹੋਏ ਸੀਗੇ। ਅਤੇ ਹੁਣ ਇਹ ਉੱਪਰ ਦੀ ਓਪਨ ਲੇਕ 'ਚ ਲੈ ਕੇ ਜਾਊਗਾ ਇਹਨਾਂ ਵਿੱਚੋਂ ਦੀ, ਜਿੱਥੇ ਵੱਡੀ ਡੱਲ ਲੇਕ ਖੁੱਲ੍ਹ ਜਾਂਦੀ ਅੱਗੇ ਜਾ ਕੇ। ਇਹ ਦੇਖੋ ਯਾਰ ਪਾਣੀ ਉੱਪਰੋਂ ਕਿਵੇਂ ਡਿੱਗ ਰਿਹਾ ਹੈਗਾ। ਕੋਟੇਜ ਹੈ? ਅੱਛਾ ਇਸਮੇ ਵੀ ਰਹਿਣੇ ਕੇ ਲੀਏ ਹੈ ਨਾ, ਹੈ? ਹਾਂ ਅੱਛਾ, ਉਹ ਸਭ ਲੋਕ ਇੱਧਰ ਰਹਿੰਦੇ ਆ, ਹਾਊਸ ਬੋਟ ਵਾਲੇ ਬਾਈ ਕਹਿੰਦਾ ਸਾਰੇ ਬੰਦੇ ਇਹਨਾਂ 'ਚ ਰਹਿੰਦੇ ਆ। ਇਹ ਥੱਲੋਂ ਦੇਖ ਲਓ ਐਂ ਲੱਕੜ 'ਤੇ ਹੀ ਖੜਿਆ ਹੁੰਦਾ ਸਾਰਾ ਕੁਛ, ਆਹ ਥੱਲੇ ਲੱਕੜਾਂ ਲਾ ਲਾ ਖੜਾਇਆ ਹੋਇਆ ਤੁਸੀਂ ਦੇਖ ਲਓ, ਜਿਵੇਂ ਪਹਿਲਾਂ ਖੁਸ਼ੀ ਕਹਿੰਦੀ ਸੀ ਨਾ ਜੇ ਗਲ 'ਚ, ਇਹ ਗਲਦੀਆਂ ਵੀ ਆ ਲੱਕੜਾਂ, ਉਹ ਗਲੀਆਂ ਵੀ ਹੋਈਆਂ,
ਉਹ ਦੇਖੋ ਗਲੀ ਹੋਈ ਹੈ ਤੇ ਥੋੜੇ ਇਹਦੇ ਕੋਈ ਟਾਈਮ ਮਿਆਦ ਹੁੰਦੀ ਹੈਗੀ ਤੇ ਦੁਬਾਰਾ ਥੱਲੇ ਡਿੱਗ ਜਾਂਦੀ ਹੈ ਇਹ ਪਾਣੀ 'ਚ ਖਤਮ ਹੀ ਹੋ ਜਾਂਦੀ ਹੈ ਵਿੱਚ ਹੀ ਡੁੱਬ ਜਾਂਦੀ ਹੈ ਬਸ ਪਾਣੀ ਦੇ ਇਹ ट्रेडिंग सिस्टम था ना हाँ। सब डल लेक में होता था जो शॉल वगैरह या मैन्युफैक्चरिंग होता था अच्छा इधर ही होता था अच्छा पूरा इधर होता था उस टाइम इधर होता ठीक है उसके बाद ये पूरा न्यू श्रीनगर है जहाँ से हम आए हाँ वो वाला और जो लाल चौक आता है हाँ लाल चौक भी न्यू श्रीनगर में ही है ठीक है आसमा कैसा लग रहा है हाउ यू फील ਇਹਨੇ ਜ਼ਿੰਦਗੀ 'ਚ ਪਹਿਲੀ ਵਾਰੀ ਇਹ ਕੁਛ ਦੇਖਿਆ ਮਿਸਰ ਤੋਂ ਆਈ ਹੈ ਕੁੜੀ ਮਿਸਰ ਤੋਂ ਅਤੇ ਇਜਿਪਟ ਕਹਿ ਦਿੰਦੇ ਆ ਵੈਸੇ ਅਤੇ ਉੱਥੇ ਨੇ ਇਹੋ ਜਿਹਾ ਕੁਛ ਕੁਛ ਨਹੀਂ ਦੇਖਿਆ ਸੀਗਾ I never seen like this place this is a beautiful place this is the first time I see like this place in Egypt we don't have like this never ਦੇਖੋ ਯਾਰ ਕੁੜੀ ਕਿੰਨੀ ਖੁਸ਼ ਹੈ ਹੈ ਕਿਸੇ ਦੀਆਂ ਖੁਸ਼ੀਆਂ 'ਚ ਖੁਸ਼ ਮਤਲਬ ਹਿੱਸੇਦਾਰ ਜਾਂ ਭਾਗੀਦਾਰ ਬਣ ਜਾਣਾ ਇਹੀ ਸਭ ਤੋਂ ਵੱਡੀ ਗੱਲ ਹੁੰਦੀ ਆ ਅਤੇ ਇਸੇ ਕਰਕੇ ਅਸੀਂ ਇੱਥੇ ਆਏ ਸੀਗੇ ਅਤੇ ਇਹਨੂੰ ਇਹ ਚੀਜ਼ ਦਾ ਐਕਸਪੀਰੀਅੰਸ ਕਰਾਉਣ ਇਹਨੂੰ ਦਿਖਾਉਣ ਇਹ ਤਾਂ ਹੀ ਕਰਕੇ ਇਹ ਸਪੈਸ਼ਲ ਜਿਹੜਾ ਓਲਡ ਸ਼੍ਰੀਨਗਰ ਵੱਲ ਆਇਆ ਪੁਰਾਣਾ ਸ਼੍ਰੀਨਗਰ ਆ ਇਹ ਸਾਰਾ ਮਤਲਬ ਇੱਧਰਲੇ ਪਾਸੇ ਓਰਿਜਨਲ ਟੇਸਟ ਹੈਗਾ ਸ਼੍ਰੀਨਗਰ ਦਾ ਮਤਲਬ ਪੁਰਾਣੇ ਦਾ ਅਤੇ ਨਵਾਂ ਤਾਂ ਹੁਣ ਬਾਜ਼ਾਰ ਬਜ਼ੂਰ ਸਾਰਾ ਕੁਛ ਉਹੀ ਹੈ ਨਾ ਜ਼ਿਆਦਾ ਕੁਛ ਹੈ ਨਹੀਂ ਉੱਧਰ ਸੜਕ ਸੁੜਕ ਹੈ ਜਾਂ ਜੇ ਬੋਟ ਸੇ ਆਤੇ ਜਾਤੇ ਸਾਹਮਣੇ ਦੇਖ ਰਹੇ ਨਾ ਵੋ ਬੋਟ ਸੇ ਜਾਤੇ ਅੱਛਾ ਐਸੇ ਯਹਾਂ ਕਾ ਲੋਕਲ ਟ੍ਰਾਂਸਪੋਰਟ ਇਨਕਾ ਜੋ ਹੈ ਬੋਟੋ ਸੇ ਹੀ ਅੱਛਾ ਐਸੇ ਕੋਈ ਰੋਡ ਵਗੈਰਾ ਨਹੀਂ ਜਾਤਾ ਨਹੀਂ ਨਹੀਂ ਵਿੰਟਰ ਮੇ ਇਹ ਲੋਕ ਕੀ ਕਰਤੇ ਹੈ ਜ਼ਿਆਦਾ ਵਿੰਟਰ ਮੇ ਗਰਮੀ ਰਹਿ ਮੰਨ ਲਓ ਯਹਾਂ ਪੇ ਜਿਸਾ ਆਪ ਲੋਕ ਬਾਹਰ ਦੇਖਤੇ ਹੈ ਖਾਣੇ ਪੀਨੇ ਕਾ ਜੋ ਸਾਮਾਨ ਹੋਤਾ ਹੈ ਹਾਂ ਵਹਾਂ ਪੇ ਆਪ ਡੇਲੀ ਯੂਜ਼ ਕੇ ਲਿਏ ਰਖਤੇ ਹੈ ਅੱਛਾ ਯਹਾਂ ਪੇ ਜੋ ਮੰਨ ਲਓ ਲੋਕ ਰਹਤੇ ਹੈ ਵੋ ਇੱਕ ਸਾਥ ਮੰਨ ਲਓ 2 ਮਹੀਨਾ 3 ਮਹੀਨਾ ਕੇ ਲਿਏ ਇੱਕ ਸਾਥ ਡੰਪ ਕਰਕੇ ਰਖ ਜਮਾ ਕਰਕੇ ਰਖ ਲੈਤੇ ਹੈ ਸਰਦੀ ਮੇ ਬਾਹਰ ਨਹੀਂ ਆਤੇ ਫਿਰ ਜ਼ਿਆਦਾ ਬਾਹਰ ਨਹੀਂ ਨਿਕਲਤੇ ਔਰ ਜੋ ਸਮਰ ਟਾਈਮ ਹੋਤਾ ਹੈ ਉਸ ਟਾਈਮ ਵੋ ਜਿਸਾ ਸਬਜ਼ੀ ਹੋਤਾ ਹੈ ਲੋਕੀ ਕਰੇਲਾ ਕੱਦੂ ਟਮਾਟਰ वो हाँ। सब सुखाते हैं अच्छा तो अभी के टाइम में जमा कर लिया उन्होंने सुखा हाँ। वो अभी के टाइम खाएंगे हाँ ठीक है यार बॉयल करके फिर खाते हैं अभी के टाइम में ज्यादातर वो दाल के साथ खाते हैं हाँ। या कोई और सब्जी पकाएंगे आलू के साथ हाँ। अलग अलग रहता है वही अच्छा एक बात और भाई मैंने पहले देखा था ये जम जाया करता था डल लेक हाँ। अभी जमता है या नहीं अभी जमने का टाइम खत्म हो गया अच्छा जमने का टाइम खत्म हो गया ना इसमें एक चीज रहता है मान लो जैसा अभी ये बर्फ स्नोफॉल हो गया ना हाँ। अगर ये स्नोफॉल दिसंबर के महीने में होता ना या जनवरी के फर्स्ट महीने हाँ। में हाँ। तो ये पूरा लेक फ्रीज हो गया होता अच्छा ले अजहर भाई देख लो बड़ा कैट बंदा है यार सारा सानू बना के दे रहे हैं राह कि थल्ले बिच ही ना गुड़ जान थल्ले करके राह बना के दे रहे इस पे इधर इधर पैर नहीं डालना अच्छा इधर इधर ऊपर डालूं क्या ओह माय गॉड उसको बोला सर जी को इधर नहीं डालना लेकिन उधर ही डाल हेयर 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 पुट योर फुट हेयर ये देख रहा हूं भाई काम थोड़ा औखा हैगा ते आम बोला आम फ्रूट थोड़ा हटके आना पड़ता है ये सोनिया सोनिया सावर अपने गायब ही हो गया बर्फ चढ़ जाती है यार देखो कपड़े भी बेचारे ने बर्फ च दबे पे है मुर्गे बोलन लग गए दोपहर का टाइम हो गया सूरज अजे भी नहीं आया थोड़ा जा भी नहीं आया ਤੇ ਕੀ ਇਹਨਾਂ ਦੇ ਕੱਪੜੇ ਸੁੱਕਦੇ ਹੋਣਗੇ ਯਾਰ ਇਹ 'ਚ ਬਹੁਤ ਹਾਰਡ ਲਾਈਫ ਹੈ ਯਾਰ ਸੱਚੀ ਇਹ ਇਹ ਟਾਈਮ ਦੀ ਤਾਂ ਅਜਰ ਬਾਈ ਇਧਰ ਯਾਰ ਪਾਣੀ ਆਤਾ ਹੈ ਅਭੀ ਇਸਮੇ ਜੇ ਟੈਬ ਮੇ ਪਾਣੀ ਆਤਾ ਹੈ ਚਲਤਾ ਹੈ ਜਾਂ ਨਹੀਂ ਹੈ
वैसे तो मैंने सुना है कि जम भी जाता है, पाइपों में पानी जम जाता है ना सर्दी के टाइम। अच्छा वो पूरा कब होता है सर्दी जब जम जाता है? आता है थोड़ा थोड़ा आता है, वो होता है मानो जब ये मानो दिसंबर 21 से लेकर 31 जनवरी तक, तब जम जाता है। क्या बोलता है, चलाई कलां, चलाई कलां, ऐसा जहा कुछ नाम है, मैं पता सी क्योंकि मैं पढ़िया सी बारे, चलाई कलां ऐसा जहा कुछ बोलते है। ਉਹਨੂੰ ਐਕਸਟ੍ਰੀਮ ਕੋਲਡ ਹੁੰਦਾ ਉਦੋਂ ਇੱਥੇ ਸਭ ਤੋਂ, ਜਿਵੇਂ ਆਪਣੀਆਂ ਦੰਦ ਕਥਾਵਾਂ ਹੁੰਦੀਆਂ, ਆਪਕੇ ਬਜ਼ੁਰਗ ਮੰਨਦੇ ਆ ਕਿ ਸਭ ਤੋਂ ਜ਼ਿਆਦਾ ਠੰਡੀ ਉਹਨਾਂ ਨੂੰ ਪੜਤੀ ਹੈ ਨਾ, ਇਹ ਹਾਂ 40 ਦਿਨੋਂ ਮੈਂ ਇਹ ਕਥਾ ਹੈ ਜਹਾਂ ਇਹ ਕਥਾ ਹੈ ਇਹਨਾਂ ਦੀ, ਤੇ ਇਹ ਸਨੋਫਾਲ ਵੀ ਉਹ ਚਲਾਈ ਕਰਾਂ ਕੇ ਜਾਂਦੇ ਜਾਂਦੇ ਹੋਇਆ ਪੂਰਾ ਹੈ ਨਾ। ਹਾਂ ਤੇ ਸਭ ਤੋਂ ਜ਼ਿਆਦਾ ਠੰਡ ਵੈਸੇ ਪੈਂਦੀ ਵੀ ਆਪਣੇ, ਜਿਵੇਂ ਆਪਣੇ ਵੀ ਪਹਿਲਾਂ ਮੰਨਿਆ ਜਾਂਦਾ ਸੀ ਦਸੰਬਰ ਦੇ ਜਨਵਰੀ ਦੇ ਮਹੀਨੇ ਪੈਂਦੀ ਆ, ਉਹੀ ਕੁਛ ਇੱਥੇ ਆ। ਵੈਸੇ ਯਾਰ ਜੇ ਇੰਨੀ ਕੁ ਸਾਨੂੰ ਬਰਫ਼ ਨਾ ਦੇਖਣ ਨੂੰ ਮਿਲਦੀ ਨਾ, ਨਾ ਸਨੋਫਾਲ ਹੁੰਦੀ, ਫਿਰ ਕਸ਼ਮੀਰ ਆਇਆਂ ਦਾ ਵਿੰਟਰ 'ਚ ਕੋਈ ਫਾਇਦਾ ਵੀ ਨਹੀਂ ਹੈਗਾ, ਕਿਉਂਕਿ ਇਹ ਤਾਂ ਹੀ ਚੰਗਾ ਲੱਗਦਾ ਦੇਖਣ ਨੂੰ, ਇੱਕ ਵੱਖਰਾ ਵੈਦਰ ਮਿਲਿਆ ਅਤੇ ਵੱਖਰਾ ਜਿਹਾ ਮਾਹੌਲ ਮਿਲਿਆ ਹੈ ਨਾ ਸਾਰਾ, ਅਤੇ ਇਹ ਵਧੀਆ ਲੱਗਦਾ ਹੈਗਾ। ਮੈਂ ਤਾਂ ਇਸ ਤੋਂ ਵੀ ਹਜੇ ਹੋਰ ਦੀ ਉਮੀਦ ਲਾ ਕੇ ਆਇਆ ਸੀ ਵੀ ਇਸ ਤੋਂ ਵੀ ਵੱਧ ਹੋਊਗੀ। ਕਹਿੰਦਾ ਛੋਟੇ ਹੁੰਦੇ ਤਾਂ ਮੈਂ ਸੁਣਿਆ ਕਰਦਾ ਸੀ ਵੀ ਡੱਲ ਲੇਕ ਆ ਜਿਹੜੀ ਉਹ ਵੀ ਜੰਮ ਜਾਂਦੀ ਸੀ, ਅਤੇ ਨਿਊਜ਼ ਪੇਪਰ ਜਦੋਂ ਪੜ੍ਹਿਆ ਕਰਦੇ ਨਾ ਨਿੱਕੇ ਹੁੰਦੇ ਉਹਦੇ 'ਚ ਫੋਟੋਆਂ ਦੇਖਿਆ ਕਰਦੇ ਸਰਦੀਆਂ ਦਾ ਵਿੰਟਰ ਦੀਆਂ, ਕਿ ਜਿਹੜੀ ਡੱਲ ਲੇਕ ਆ ਉਹ ਮਤਲਬ ਬਿਲਕੁਲ ਫਰੋਜ਼ਨ ਹੋ ਗਈ, ਲੋਕ ਕ੍ਰਿਕਟ ਖੇਡਦੇ ਹੁੰਦੇ ਸੀ ਉੱਤੇ, ਅਤੇ ਹੁਣ ਤਾਂ ਜਿਵੇਂ ਤੁਹਾਨੂੰ ਪਹਿਲਾਂ ਬੋਲਿਆ ਸੀਗਾ ਗਲੋਬਲ ਵਾਰਮਿੰਗ ਦੀ ਵਜ੍ਹਾ ਕਰਕੇ ਸਾਰਾ ਕੁਛ ਬੰਦ ਹੋ ਗਿਆ, ਹੁਣ ਉਨੀ ਮਤਲਬ ਬਰਫ਼ ਵੀ ਨਹੀਂ ਪੈਂਦੀ, ਡੱਲ ਵੀ ਨਹੀਂ ਜੰਮਦੀ, ਅਤੇ ਡੱਲ ਕਹਿੰਦੇ 2020 'ਚ ਦੱਸ ਰਹੇ ਸੀ ਬਾਈ ਵੀ 2021 'ਚ ਪਤਾ ਨਹੀਂ ਉਦੋਂ ਜੰਮੀ ਸੀ, ਦੋ ਤਿੰਨ ਸਾਲ ਪਹਿਲਾਂ, ਅਤੇ ਮੋਸਟਲੀ ਹੁਣ ਮਤਲਬ 2000 ਤੋਂ ਬਾਅਦ 22-23 ਸਾਲ ਹੋ ਗਏ, ਹੁਣ ਬਿਲਕੁਲ ਵੀ ਨਹੀਂ ਜੰਮਦੀ ਹੈਗੀ। ਆਪਣੇ ਨੀ ਜਦੋਂ ਆਪਾਂ ਕਹਿੰਦੇ ਹੁੰਦੇ ਸੂਰਜ ਨੀ ਨਿਕਲਿਆ, ਆਪਣੇ 2 ਦਿਨ ਸੂਰਜ ਨਾ ਨਿਕਲਿਆ ਆਪਾਂ ਨੂੰ ਕੱਪੜਿਆਂ ਦਾ ਔਖਾ ਹੋ ਗਿਆ, ਬਹੁਤ ਔਖਾ ਹੋ ਜਾਂਦਾ ਆਪਣੇ ਲਈ। ਲੈ ਬਈ ਪਾਈਏ ਚੱਲ ਤੇ ਵਧੀਆ ਆਪਣੇ ਅਗਲੇ ਸਫ਼ਰ ਵੱਲ, ਤੇ ਇੱਕ ਨਾ ਚੀਜ਼ ਮੈਂ ਤੁਹਾਨੂੰ ਇੱਧਰ ਦਿਖਾਉਣੀ ਸੀਗੀ, ਤੇ ਜਿਵੇਂ ਨਾ ਤੁਹਾਨੂੰ ਸ਼ੁਰੂ ਦੇ ਵਲੌਗ 'ਚ ਬੋਲਿਆ ਸੀਗਾ ਮੈਂ ਵੀ ਬਰਫ਼ ਦੇ ਥੱਲੇ ਪਤਾ ਨਹੀਂ ਕੀ ਹੁੰਦਾ ਹੈਗਾ, ਉਹ ਪਾਣੀ ਖੜਾ ਦੇਖੋ, ਅਤੇ ਉਹ ਉੱਥੇ ਮੈਂ ਤੁਹਾਨੂੰ ਦਿਖਾਉਣਾ, ਉਹ ਥੱਲੇ ਪਾਣੀ ਹੈ, ਜੇ ਮੈਂ ਇੱਥੇ ਪੈਰ ਰੱਖ ਲਿਆ ਸਮਝ ਲਓ ਥੱਲੇ ਗਿਆ, ਅਤੇ ਉਹ ਦੇਖੋ ਆਹ ਸਾਰਾ ਪਾਣੀ ਖੜਿਆ ਹੋਇਆ ਥੱਲੇ, ਅਤੇ ਜੇ ਉੱਪਰ ਇਹਦੇ ਬਰਫ਼ ਦੀ ਚਾਦਰ ਜੰਮੀ ਹੋਈ ਹੈ, ਕੁਛ ਨਹੀਂ ਪਤਾ ਲੱਗਦਾ, ਇੱਥੇ ਬਹੁਤ ਦੇਖ ਦੇਖ ਤੁਰਨਾ ਪੈਂਦਾ ਹੈਗਾ ਸਰਦੀਆਂ ਦੇ ਟਾਈਮ ਤਾਂ ਖਾਸ ਕਰਕੇ, ਅਤੇ ਹੁਣ ਆਪਾਂ ਅੱਗੇ ਆਪਣਾ ਸਫ਼ਰ ਜਾਰੀ ਕਰਦੇ ਹਾਂ। ਇੱਥੇ ਨਾ ਲੋਕਲ ਲੋਕਾਂ ਕੋਲ ਵੀ ਕਿਸ਼ਤੀ ਆ, ਅਤੇ ਆਹ ਦੇਖੋ ਕਿਸ਼ਤੀਆਂ 'ਚ ਇੱਧਰ ਆਉਂਦੇ ਜਾਂਦੇ ਆ, ਇਹ ਪਿੰਡਾਂ ਦੀਆਂ ਗਲੀਆਂ ਜਿਨ੍ਹਾਂ 'ਚ ਅਸੀਂ ਤੁਰੇ ਫਿਰਦੇ ਹਾਂ। ਆਹ ਦੇਖੋ ਸੁੱਕਾ ਬਾਲਣ ਲੱਕੜਾਂ ਲਈ ਜਾਂਦਾ ਯਾਰ, ਤੇ ਜਿਵੇਂ ਆਪਣੇ ਸਕੂਟਰ ਮੋਟਰਸਾਈਕਲ ਕਾਰਾਂ ਹਰ ਘਰ ਦੇ ਹੁੰਦੇ ਨੇ ਨਾ ਪ੍ਰਾਈਵੇਟ, ਉਵੇਂ ਇਹਨਾਂ ਕੋਲ ਆਹ ਛੋਟੀਆਂ ਬੋਟਸ ਹੁੰਦੀਆਂ ਨੇ ਇੱਧਰ ਉੱਧਰ ਜਾਣ ਲਈ, ਇਹਨਾਂ ਦੀ ਇਹ ਜ਼ਰੂਰਤ ਬਣੀ ਹੋਈ ਹੈ। ਹਰ ਘਰ ਕੋਲ ਇਹ ਘੱਟੋ ਘੱਟ 3-4 ਹੈਗੀਆਂ ਨੇ ਸਿੰਪਲ ਬੋਟਸ, ਕਿਉਂਕਿ ਸੜਕ ਰਾਹੀਂ ਤਾਂ ਜਾ ਨਹੀਂ ਸਕਦੇ, ਇਹਨਾਂ ਨੂੰ ਇਸੇ ਡੱਲ ਲੇਕ ਰਾਹੀਂ ਜਾਣਾ ਪੈਂਦਾ, ਤੇ ਇੱਥੋਂ ਦਾ ਪਾਣੀ ਫਿਰ ਪਾਣੀ ਵਿੱਚੋਂ ਦੀ ਲੰਘਣਾ ਪੈਂਦਾ ਹੈਗਾ ਸਾਰਾ। ਐਂ ਲੱਗਦਾ ਜਿਵੇਂ ਇਟਲੀ ਵਗੈਰਾ ਤੁਰੇ ਫਿਰਦੇ ਹੋਈਏ, ਇਟਲੀ 'ਚ ਨੇ ਇੰਝ ਜਿਹਾ ਪਾਣੀ 'ਚ ਵੈਨਿਸ ਸਿਟੀ 'ਚ ਪੈਂਦਾ, ਮੈਨੂੰ ਲੱਗਦਾ ਇਟਲੀ ਵਾਲੇ ਦੱਸ ਦੇਣਗੇ ਕਮੈਂਟ ਕਰਕੇ, ਪਰ ਪਾਣੀ ਉੱਥੇ ਸਾਫ਼ ਹੋਊਗਾ, ਅਤੇ ਡੱਲ ਲੇਕ ਦਾ ਥੋੜ੍ਹਾ ਜਿਹਾ ਗੰਦਾ ਹੈ ਪਾਣੀ। ਇਹ ਅਜੇ ਹਰ ਬਾਈ ਦੱਸ ਰਹੇ ਸੀ, ਕਹਿੰਦਾ ਜਿਹੜੀ ਇਹਨਾਂ ਦੀ ਏਜ ਹੁੰਦੀ ਹੈ ਨਾ, ਇਹ 10 ਸਾਲ ਹੁੰਦੀ ਹੈ ਵੱਧ ਤੋਂ ਵੱਧ, 10 ਸਾਲਾਂ ਦਾ ਰਿਪੇਅਰ ਕਰਕੇ ਫਿਰ ਇਹਨੂੰ ਪੁਲ ਦੁਬਾਰਾ ਬਣਾ ਦਿੱਤਾ ਜਾਂਦਾ, ਪੁਲ ਟੁੱਟ ਜਾਂਦੇ ਆ ਨਹੀਂ, ਕਿਉਂਕਿ ਲੱਕੜ ਗਲ ਜਾਂਦੀ ਹੈ ਯਾਰ ਪਾਣੀ 'ਚ ਪਈ। ਆਪਣੇ ਨਾ ਸਾਗਵਾਨ ਦੀ ਲੱਕੜ ਕਿੰਨੀ ਮਹਿੰਗੀ ਮੰਨੀ ਜਾਂਦੀ ਹੈ ਬਾਈ, ਕਹਿੰਦਾ ਇਹ ਸਾਰਾ ਸਾਗਵਾਨ ਲੱਗਿਆ ਹੋਇਆ, ਜੇ ਕਹਿੰਦਾ ਇੱਥੇ ਨੋਰਮਲ ਲੱਕੜ ਲਾ ਦਿੰਦੇ ਜਾਂ ਕਸ਼ਮੀਰੀ ਵਿੱਲੋ ਇੰਗਲਿਸ਼ ਵਿੱਲੋ ਉਹ ਤਾਂ ਸਾਲ 'ਚ ਹੀ ਗਲ ਜੂਗੀ। ਤੁਸੀਂ ਦੇਖੋ ਯਾਰ ਕਸ਼ਮੀਰ 'ਚ ਲੱਕੜ ਦੀ ਕਿੰਨੀ ਵੱਡੀ ਖਪਤ ਹੈ, ਕਿਉਂ ਇਹਨਾਂ ਦੀ ਜ਼ਰੂਰਤ ਵੀ ਹੈ ਅਸਲ 'ਚ ਇਹ ਸਾਰੀਆਂ ਚੀਜ਼ਾਂ ਬਣਾ ਕੇ ਰੱਖਣੀਆਂ, ਕਿਉਂਕਿ ਰਹਿਣ ਸਹਿਣ ਹੈ ਇੱਥੋਂ ਦਾ ਹੈ ਨਾ। ਆਹ ਜਿਵੇਂ ਆਪਣੇ ਬੱਸ ਹੁੰਦੀ ਹੈ, ਬੱਸ ਚੱਲਦੀ ਹੈਗੀ, ਇਹ ਬੱਸ 'ਚ ਬੈਠੇ ਜਾਂਦੇ ਆ ਸਾਰੇ, ਇੱਥੇ ਹੋਰ ਤਾਂ ਕੋਈ ਸਾਧਨ ਹੈ ਨਹੀਂ ਗਾ। ਸਾਡੇ ਪਿੱਛੇ ਲੰਘ ਰਹੀ ਨੇ ਫਲੋਟਿੰਗ ਲੈਂਡ ਆ ਸਾਰੀ, ਜਦੋਂ ਪਾਣੀ ਦਾ ਲੈਵਲ ਵੱਧ ਜਾਂਦਾ ਇਹ ਉੱਪਰ ਵਗ ਜਾਂਦਾ, ਪਾਣੀ ਥੱਲੇ ਆ ਜਾਂਦਾ ਇਹ ਥੱਲੇ ਆ ਜਾਂਦਾ, ਤੁਸੀਂ ਦੇਖ ਲਓ ਘਰ ਬਾਰ ਕਿਵੇਂ ਟਿਕੇ ਹੋਏ ਆ ਇੱਥੇ, ਮਤਲਬ ਪਾਣੀ ਦੇ ਉੱਪਰ ਹੀ, ਕਦੇ ਉੱਪਰ ਕਦੇ ਥੱਲੇ। ਕੁਛ ਘਰ ਨਾ ਯਾਰ ਟੀਨਾਂ ਦੇ ਪਏ ਹੋਏ ਆ, ਅਤੇ ਕੁਛ ਘਰਾਂ 'ਚ ਪੱਕੇ ਵੀ ਪਏ ਹੋਏ ਆ, ਇੱਟਾਂ ਦੇ ਘਰ ਪਾ ਰੱਖੇ ਆ, ਅਤੇ ਬਾਕੀ ਤਾਂ ਲੱਕੜ ਵਰਤਦੇ ਆ ਜ਼ਿਆਦਾ ਇੱਥੇ, ਅਤੇ ਪਾਣੀ 'ਚ ਯਾਰ ਡਿੱਗ ਵੀ ਸਕਦੇ ਆ, ਵੈਸੇ ਪੱਕੇ ਘਰ ਇਹਨਾਂ ਨੇ ਪਾ ਰੱਖੇ, ਪਤਾ ਨਹੀਂ ਥੱਲੇ ਦੇ ਜ਼ਮੀਨ ਹੈਗੀ ਆ ਜਾਂ ਨਹੀਂ, ਇੱਦਾਂ ਹੀ ਖੜੇ ਆ ਪਤਾ ਨਹੀਂ। ਕੁਦਰਤ ਦੇਖੋ ਯਾਰ, ਬਰਫ਼ 'ਚ ਸਬਜ਼ੀਆਂ ਹੁੰਦੀਆਂ, ਬਰਫ਼ ਜੰਮੀ ਹੋਈ ਹੈ ਉੱਤੇ ਫਿਰ ਵੀ ਸਬਜ਼ੀਆਂ ਹੁੰਦੀਆਂ, ਸਾਗ ਹੈ, ਸਾਗ ਹੈ ਪੂਰਾ, ਜੀਵ ਜੰਤੂ ਯਾਰ ਵਿਚਾਰੇ ਇਹ ਵੀ ਠੰਡ 'ਚ ਮਰੀ ਜਾਂਦੇ ਯਾਰ ਇੱਥੇ, ਅਤੇ ਕੰਮ ਔਖਾ ਬਾਈ। ਇੱਧਰਲੇ ਪਾਸੇ ਵੀ ਆ ਸਬਜ਼ੀ ਬੀਜੀ ਹੋਈ ਹੈ ਸਾਰੀ, ਅਤੇ ਉੱਤੇ ਬਰਫ਼ ਨਾਲ ਇਹ ਤਾਂ ਖਰਾਬ ਹੋ ਜਾਂਦੀ ਹੋਊਗੀ ਯਾਰ, ਬਹੁਤਾ ਟਾਈਮ ਨਹੀਂ ਟਿਕਦੀ ਹੋਣੀ ਹੈ ਨਾ।
ਜਿਵੇਂ ਆਪਣੇ ਕੋਰੇ ਨਾਲ ਫਸਲ ਖਰਾਬ ਹੋ ਜਾਂਦੀ ਉਹੀ ਕੰਮ ਇੱਥੇ ਹੈ। ਸਬਜ਼ੀਆਂ ਯਾਰ ਦੇਖ ਲਓ ਐਂ ਵਿਕਦੀਆਂ ਇੱਥੇ ਕਿਸ਼ਤੀਆਂ 'ਚ, ਦੁਕਾਨ ਹੈ ਪੂਰੀ, ਦੁਕਾਨਾਂ ਕਿਸ਼ਤੀਆਂ 'ਚ ਹੀ ਨੇ ਇੱਥੇ ਬਸ ਇਹ ਸਾਰੀਆਂ। ਇਹ ਵੀ ਹੁਣ ਆਪਾਂ ਆ ਗਏ ਖੁੱਲ੍ਹੀ ਡੱਲ ਲੇਕ 'ਚ, ਅਤੇ ਇੱਧਰਲੇ ਪਾਸੇ ਪਾਣੀ ਵੀ ਤੁਹਾਨੂੰ ਸਾਫ਼ ਦੇਖਣ ਨੂੰ ਮਿਲੂਗਾ, ਅਤੇ ਓਪਨ ਡੱਲ ਲੇਕ ਹੈ ਸਾਰੀ, ਅਤੇ ਜਿਹੜਾ ਮੇਨ ਹਾਂ ਸਹੀ ਹੈ, ਅਤੇ ਸਾਰੇ ਪਹਾੜ ਆ ਬਰਫ਼ ਨਾਲ ਢਕੇ ਪਏ ਆ ਸਾਰੇ ਪਹਾੜ ਉੱਪਰ। ਵੈਸੇ ਬੱਦਲ ਹੈ ਯਾਰ ਥੋੜ੍ਹੇ ਜਿਹੇ ਸਾਫ਼, ਤਾਂ ਕਰਕੇ ਦਿਖ ਨਹੀਂ ਰਹੇ ਹੈ ਨਾ। ਹਾਂ ਉਦੋਂ ਦਿਖਦੇ ਸੀਗੇ ਸਾਰੇ, ਅਤੇ ਹੁਣ ਇਹਨੇ ਬਾਈ ਨੇ ਆਪਾਂ ਨੂੰ ਇੱਧਰਲੇ ਪਾਸੇ ਉਤਾਰ ਦੇਣਾ। ਸਾਹਮਣੇ ਮੇਨ ਟੂਰਿਸਟ ਡੈਸਟੀਨੇਸ਼ਨ ਇੱਧਰਲੇ ਪਾਸੇ ਆ ਗਈ ਸਾਰੀ। ਇਹ ਲੇਕ ਦਾ ਪਾਣੀ ਹੈ ਨਾ, ਅਤੇ ਗੰਦਾ ਨਹੀਂ ਹੈਗਾ ਯਾਰ, ਕ੍ਰਿਸਟਲ ਕਲੀਅਰ ਹੈ ਦੇਖੋ, ਪਰ ਹੱਥ ਸੁੰਨ ਕਰਨ ਵਾਲਾ, ਬਾਹਲਾ ਠੰਡਾ ਮਾਂ ਦੇ ਉੱਪਰ ਪਾਣੀ, ਅਤੇ ਥੱਲੇ ਨਾ ਇਹਦੇ ਦਲਦਲ ਹੈ ਜਿਹਦੇ ਕਰਕੇ ਪਾਣੀ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਬਹੁਤ ਗੰਦਾ ਹੋਊਗਾ, ਅਤੇ ਮੈਨੂੰ ਲੱਗਦਾ ਜੇ 'ਚ ਕੋਈ ਡਿੱਗ ਗਿਆ ਬੰਦਾ ਕੱਢਣਾ ਔਖਾ ਹੋ ਜਾਊ ਯਾਰ, ਸੁੰਨ ਹੋ ਜਾਊਗਾ ਸਰੀਰ, ਇੰਨਾ ਠੰਡਾ ਪਾਣੀ ਹੈ। ਲੈ ਵੀ ਅੱਜ ਦਾ ਵਲੌਗ ਵੀ ਆਪਾਂ ਇੱਥੇ ਕਰਦੇ ਹਾਂ ਸਮਾਪਤ, ਅਤੇ ਆਪਾਂ ਉਤਰਨ ਲੱਗੇ ਹਾਂ ਇਹ ਬੋਟ 'ਚੋਂ, ਅਤੇ ਕੱਲ੍ਹ ਨੂੰ ਤੁਹਾਨੂੰ ਗੁਲਮਰਗ ਦੇ ਵੱਡੇ ਵੱਡੇ ਪਹਾੜਾਂ 'ਚ ਲੈ ਕੇ ਜਾਣਾ, ਅਤੇ ਕੱਲ੍ਹ ਨੂੰ ਤੁਹਾਨੂੰ ਬਰਫ਼ ਦਿਖਾਉਣੀ ਹੈ ਪੂਰੀ। ਉਹ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ 'ਚ ਤੁਹਾਨੂੰ ਦਿਖਾਉਣੀ ਸੀਗੀ ਕਸ਼ਮੀਰ ਦੀ ਜ਼ਿੰਦਗੀ ਜਾਂ ਸ਼੍ਰੀਨਗਰ ਦੀ ਡੱਲ ਲੇਕ ਦੀ, ਕਿ ਇੱਥੋਂ ਦਾ ਆਲਾ ਦੁਆਲਾ ਕਿਵੇਂ ਦਾ ਦਿਸਦਾ ਹੈਗਾ, ਸਰਦੀਆਂ 'ਚ ਇੱਥੇ ਕਿਵੇਂ ਦੀ ਜ਼ਿੰਦਗੀ ਹੁੰਦੀ ਹੈ। ਕੱਲ੍ਹ ਨੂੰ ਆਪਾਂ ਇਸ ਤੋਂ ਵੀ ਜ਼ਿਆਦਾ ਠੰਡ 'ਚ ਜਾਣਾ, ਅਸੀਂ ਜਾਣਾ ਗੁਲਮਰਗ, ਇੱਥੋਂ 60-70 ਕਿਲੋਮੀਟਰ ਦੂਰ ਹੈ ਪਹਾੜ ਹੈ, ਅਤੇ ਬਹੁਤ ਸਾਰੀ ਠੰਡ ਹੋਊਗੀ, ਮਾਈਨਸ 'ਚ ਟੈਂਪਰੇਚਰ ਹੋਊਗਾ। ਸੋ ਕੱਲ੍ਹ ਦੇ ਵਲੌਗ ਦਾ ਤੁਸੀਂ ਇੰਤਜ਼ਾਰ ਕਰਿਓ, ਮਿਲਦੇ ਹਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਗੁਲਮਰਗ ਤੋਂ। ਸਤਿ ਸ਼੍ਰੀ ਅਕਾਲ, ਗੁੱਡ ਬਾਏ, ਰੱਬ ਰਾਖਾ। ਜਿਹੜੀ ਤੁਹਾਨੂੰ ਚੇਨ ਦੱਸਦਾ ਸੀ ਨਾ, ਚੇਨ ਦਾ ਕੰਮ ਪਤਾ ਕੀ ਹੁੰਦਾ, ਦੇਖੋ ਇਹਦੇ ਚਾਰੇ ਟਾਇਰਾਂ 'ਤੇ ਲੱਗੀ ਹੋਈ ਹੈ, ਅਤੇ ਇਹਨੂੰ ਬਰਫ਼ 'ਚ ਇਹਨੂੰ ਬੰਨ੍ਹ ਕੇ ਰੱਖਦੀ ਹੈ, ਮਤਲਬ ਇਹਨੂੰ ਤਿਲਕਣ ਨਹੀਂ ਦਿੰਦੀ ਟਾਇਰਾਂ ਨੂੰ, ਨਹੀਂ ਟਾਇਰ ਸਲਿੱਪ ਕਰਦੇ ਰਹਿੰਦੇ ਆ ਇੱਥੇ। ਜਿੰਨੇ ਆ ਸਾਰੇ ਦਰਖਤ ਆ ਨਾ, ਦੇਖੋ ਕਿਵੇਂ ਭਰੇ ਪਏ ਆ, ਅਤੇ 10 ਫੁੱਟ ਬਰਫ਼ ਚੜ੍ਹਦੀ ਇੱਥੇ, 10 ਫੁੱਟ ਆ, 4-4 ਫੁੱਟ ਤਾਂ 5 ਫੁੱਟ ਤਾਂ ਹੋਣੀ ਜਿਹੜੀ ਆ ਸਾਈਡ 'ਤੇ ਜਮ੍ਹਾਂ ਹੋਈ ਹੋਈ ਹੈ ਹੁਣ, ਅਤੇ ਇਦੂ ਬਾਅਦ 'ਚ ਕਹਿੰਦੇ ਫਰਵਰੀ ਦੇ ਮਹੀਨੇ ਹੋਰ ਵੀ ਪੈਂਦੇ ਆ। ਮੈਂ ਐਵੇਂ ਹੋ ਜਾਂਦਾ ਬਾਈ, ਐਸੇ ਬਣਾ ਦਿਓ ਵੀਡੀਓ ਬਣਾ ਦਿਓ।